ਸਲਾਮ ਅਲੈਕਮ ਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਠੀਕ ਹੋ ਯਾਰ? ਮੇਰੀ ਤਬੀਅਤ ਨਹੀਂ ਠੀਕ ਹੈ, ਨਹੀਂ ਤਾਂ ਤੁਹਾਨੂੰ ਮੈਂ ਡੇਲੀ ਵੀਡੀਓ ਬਣਾ ਕੇ ਭੇਜਣੀ ਸੀ। ਪਰ ਫਿਰ ਵੀ ਅੱਜ ਅਸੀਂ ਸ਼ੁਰੂ ਕਰਨੇ ਆ ਅਗਲੇ ਹਫ਼ਤੇ ਦੀ, ਪੂਰੇ ਦੀ ਤੁਹਾਨੂੰ ਐਨਾਲਿਸਿਸ ਕਰਕੇ ਦੱਸਾਂਗਾ। ਲਾਸਟ ਵੀਕ ਜਿਹੜੀ ਮੈਂ ਕੀਤੀ ਸੀ, ਅਲਹਮਦੁਲਿਲਾ ਸੇਮ ਗੋਲਡ ਨੇ ਉਸੇ ਤਰ੍ਹਾਂ ਹੀ ਮੂਵ ਕੀਤਾ ਸੀ। ਜਿਹੜੇ ਮੈਂ ਸਿਗਨਲ ਦਿੱਤੇ ਸੀ ਉਹ ਵੀ ਅਲਹਮਦੁਲਿਲਾ ਪ੍ਰੋਫਿਟ 'ਚ ਗਏ ਸੀ, ਅਤੇ ਅੱਜ ਫਿਰ ਅਸੀਂ ਅਗਲੇ ਹਫ਼ਤੇ ਦੀ ਕਰਨੇ ਆ ਐਨਾਲਿਸਿਸ। ਸਹੀ ਹੈ, ਜਿਹੜਾ ਬੰਦਾ ਕੋਈ ਨਵਾਂ ਹੈ ਉਹ ਸਿਗਨਲ ਜੇ ਨੇ ਲੈਣੇ ਨੇ ਤਾਂ ਉਹ ਜੁਆਇਨ ਕਰ ਸਕਦਾ ਗਰੁੱਪ ਵਟਸਐਪ ਦਾ। ਸਹੀ ਹੈ, ਲਿੰਕ ਉਹਦਾ ਡਿਸਕ੍ਰਿਪਸ਼ਨ ਵਿੱਚ ਹੈ। ਪਹਿਲੇ ਅਸੀਂ ਜਾਂਦੇ ਮੰਥਲੀ 'ਤੇ। ਸਹੀ ਹੈ, ਮੰਥਲੀ ਟਾਈਮ ਫਰੇਮ 'ਤੇ ਅਸੀਂ ਆ ਗਏ। ਮੰਥਲੀ ਟਾਈਮ ਫਰੇਮ ਨੂੰ ਜੇ ਵੇਖਿਆ ਜਾਏ ਤਾਂ ਗੋਲਡ ਨੇ ਆਲ ਟਾਈਮ ਹਾਈ ਕੀਤਾ ਸੀ 2450 ਨੂੰ, ਠੀਕ ਹੈ, ਜਾਂ 2450 54, ਠੀਕ ਹੈ। ਉਸ ਮੰਥਲੀ ਕੈਂਡਲ ਦਾ ਲੋ ਸੀ 2278। ਸਹੀ ਹੈ, 2000 ਜਾਂ 278, ਠੀਕ ਹੈ। ਅਤੇ ਪਿਛਲੇ ਮਹੀਨੇ ਦਾ ਜੇ ਚੌਥੇ ਮਹੀਨੇ ਦਾ ਵੇਖੀਏ, ਅਪ੍ਰੈਲ ਦਾ ਜੇ ਚੈੱਕ ਕੀਤਾ ਜਾਏ ਤਾਂ ਤੁਹਾਡੇ ਸਾਹਮਣੇ ਦੇਖੋ ਗੋਲਡ ਬੜਾ ਸਟਰਾਂਗ ਉੱਪਰ ਗਿਆ ਸੀ, ਪਰ ਉੱਤੇ ਸੈਲਰ ਦਾ ਪ੍ਰੈਸ਼ਰ ਜ਼ਿਆਦਾ ਸੀ, ਉਹਨਾਂ ਵਾਪਸ ਸੱਟ ਦਿੱਤਾ। ਅੱਗੋਂ ਮਈ ਵਿੱਚ ਵੀ ਇਹੀ ਸਹਿਬ ਹੋਇਆ, ਬੜਾ ਸਟਰਾਂਗ ਉੱਪਰ ਗਿਆ ਗੋਲਡ, ਪਰ ਰਿਵਰਸ ਹੋ ਗਿਆ। ਹੁਣ ਜਿਹੜੇ ਜ਼ਿਆਦਾਤਰ ਚਾਂਸਿਸ ਨੇ ਗੋਲਡ ਦੇ, ਮੇਰੀ ਅਨਾਲਿਸਿਸ ਦੇ ਮੁਤਾਬਕ ਗੋਲਡ ਜਿਹੜਾ ਹੁਣ ਸੈਲ ਦੇ। ਸਹੀ ਹੈ, ਯਾਨੀ ਕਿ ਜ਼ਿਆਦਾ ਇਹਦੇ ਚਾਂਸ ਥੱਲੇ ਆਉਣ ਦੇ ਹੀ ਨੇ। ਅਗਲੀ ਵੀਡੀਓ ਅੱਗੇ ਤੁਹਾਨੂੰ ਥੋੜ੍ਹਾ ਮਜ਼ਾਕ ਦੱਸਣਾ ਜੀ ਬਾਈ, ਅੱਗੇ ਉੱਤੇ ਜਾਣ ਦੇ ਚਾਂਸਿਸ ਆ ਜਾਂਦੇ ਕਿ ਨਹੀਂ, ਕਨਫਰਮ ਕਰ ਦਿੰਦਾ ਹਾਂ। ਹੁਣ ਅਸੀਂ ਪਹਿਲੇ ਆਲ ਟਾਈਮ ਲੋ ਆਈ ਅਤ�ে ਲੋ ਦੀ ਅਸੀਂ ਮਾਰਕਿੰਗ ਕਰ ਲਈ, ਠੀਕ ਹੈ। ਇਹ ਜਿਹੜੀ 2278 ਹੈ, ਜਿਹੜੀ ਇਹਦੀ ਬੜੀ ਸਟਰਾਂਗ ਸਪੋਰਟ ਹੈ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਆਪਣੇ ਵੀਕਲੀ ਚਾਰਟ ਵਿੱਚ। ਵੀਕਲੀ ਚਾਰਟ ਨੂੰ ਜੇ ਦੇਖਿਆ ਜਾਏ ਤਾਂ ਮਾਰਕੀਟ ਅਗਰ ਜੇ ਇਸ ਹਫ਼ਤੇ, ਕਿਉਂਕਿ ਹੁਣ ਸੁਬਾਹ ਇੱਥੋਂ ਸ਼ੁਰੂ ਹੋਣੀ ਹੈ, ਮੰਥ ਵੀ ਨਵਾਂ ਸ਼ੁਰੂ ਹੋ ਚੁੱਕੇ ਹੈ, ਅਤੇ ਮਾਰਕੀਟ ਸੁਬਾਹ ਇੱਥੋਂ ਓਪਨ ਹੋਵੇ ਦੀ, ਠੀਕ ਹੈ। ਮਾਰਕੀਟ ਥੋੜ੍ਹੀ ਜਿਹੀ ਉੱਪਰ ਵੀ ਜਾ ਸਕਦੀ ਹੈ ਇਸ ਏਰੀਏ ਤੱਕ। ਤਰੇਈ ਸੌ ਤਰੇਹਠ ਅਗਰ ਮਾਰਕੀਟ ਜਾਂਦੀ ਹੈ ਵਾਪਸ ਰਿਵਰਸ ਹੋ ਕੇ 2370 ਤੱਕ, ਠੀਕ ਹੈ, 2363 ਦੇ ਵਿੱਚ ਜਾ ਕੇ 2370 ਤੱਕ ਜਾਂਦੀ ਹੈ ਮਾਰਕੀਟ, ਫਿਰ ਮਾਰਕੀਟ ਵਿੱਚ ਵਾਪਸ ਜਾਣ ਦੇ ਚਾਂਸਿਸ ਹੈ ਨੇ, ਠੀਕ ਹੈ। ਫਿਰ ਵਾਪਸ ਉੱਪਰ ਕਾਫੀ ਜਾ ਸਕਦੀ ਹੈ। ਬਾਕੀ ਜੇ ਮਾਰਕੀਟ ਵਾਪਸ ਇੱਥੇ ਟੱਚ ਕਰਦੀ ਹੈ ਤਾਂ ਫਿਰ ਮਾਰਕੀਟ ਥੱਲੇ ਆਉਣਾ ਵੀਕਲੀ ਟਾਈਮ ਦੇ ਮੁਤਾਬਕ। ਦੂਸਰਾ ਅਗੋ ਵੇਖਿਆ ਜਾਏ ਤਾਂ ਡਬਲ ਟੈਪ ਯਾਰ ਰੈਡੀ ਬਣ ਚੁੱਕਿਆ ਹੈ। ਜੇ ਵੇਖਿਆ ਜਾਏ ਤਾਂ ਡਬਲ ਟੈਪ ਹੈ, ਡਬਲ ਟਾਪ ਹੈ ਜਿਹੜਾ ਉਹ ਬਣ ਚੁੱਕਿਆ। ਸਹੀ ਹੈ, ਇਹ ਦੇਖੋ ਕਿਆ ਚੀਜ਼, ਇਹ ਕਿਆ ਚੀਜ਼, ਠੀਕ ਹੈ। ਜਦੋਂ ਹਮੇਸ਼ਾ ਡਬਲ ਟਾਪ ਬਣਦਾ ਹੈ ਮਾਰਕੀਟ, ਉੱਥੋਂ ਰਿਵਰਸ ਹੋ ਜਾਂਦੀ, ਯਾਨੀ ਕਿ ਸਟਰਾਂਗ ਜਿਹੜੀ ਹੁੰਦੀ ਹੈ ਰਜਿਸਟੈਂਸ ਉਹ ਬਣ ਜਾਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਪੁੱਠਾ ਹੋਵੇ ਤਾਂ ਸਟਰਾਂਗ ਸਪੋਰਟ ਹੁੰਦੀ ਹੈ, ਉੱਤੇ ਬਣ ਜਾਂਦੇ ਰਜਿਸਟੈਂਸ ਬਣ ਜਾਂਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਹੁਣ ਅਸੀਂ ਚੱਲਦੇ ਹਾਂ 4 ਘੰਟੇ ਦੇ ਟਾਈਮ ਫਰੇਮ ਵਿੱਚ, ਉੱਥੇ ਜਾ ਕੇ ਵੇਖਦੇ ਹਾਂ। 4 ਵਜੇ ਜੇ ਆਪਾਂ ਡੇਲੀ ਆਉਂਦਾ, ਡੇਲੀ ਵਿੱਚ ਵੀ ਦੇਖਿਆ ਜਾਏ ਤਾਂ ਦੇਖ ਲਓ ਬੜਾ ਕਲਾਸ ਦਾ ਉਹ ਜਿਹੜਾ ਕਿ ਮੈਂ ਮਾਰਕੀਟ ਕੀ ਮਾਰਕ ਕੀਤਾ, ਡਬਲ ਟੈਪ ਡਬਲ ਟਾਪ ਜਿਹੜਾ ਬਣ ਗਿਆ। ਸਹੀ ਹੈ, ਇਹਦੇ ਬਾਅਦ ਫਿਰ ਉਹੀ ਮੇਰੀ ਗੱਲ, ਮੰਥਲੀ ਦੇ ਵੇਖੀਏ ਜਾਂ ਹਫ਼ਤੇ ਵੀਕਲੀ ਜੇ ਵੇਖੀਏ, ਇਹ ਜਿਹੜੀ ਇਹਦੀ ਸਟਰਾਂਗ, ਸਹੀ ਹੈ, ਸਹੀ ਸਟਰਾਂਗ ਸਪੋਰਟ ਹੈ। ਮਾਰਕੀਟ ਜਿਹੜੀ ਕੱਲ੍ਹ ਓਪਨ ਹੋਵੇ ਦੀ, ਉਹਦੇ ਜ਼ਰੂਰ ਇਸ ਜਗ੍ਹਾ ਤਾਂ ਆਉਣੀ ਹੈ, ਠੀਕ ਹੈ। ਇੱਥੋਂ ਆ ਕੇ ਮਾਰਕੀਟ
यार मेरा गला खराब है, मार्केट चल रही है ठीक है, ऐ चीज अगू जे मार्केट इस जगह नू ब्रेक करती है ठीक है, जे ब्रेक करे दी मार्केट ते फिर थल्ले ब्रेक करके इस जगह ते आके फिर दोबारा रीटेस्ट करके, यानी के तो दोबारा रीटेस्ट करके फिर थल्ले जा सकती है ऐसे एरिए तक ठीक है। हुण असीं चलने आ 4 घंटे दे टाइम फ्रेम ते, ये तुसीं जे कदे चार्ट वेख्या हुण तुहानूं मैं एक बारी कहा सी इहदा मार्केट दा, जे देखिया जाए ये बड़ा सोहणा पैटर्न बनता है जिस टाइम हमेशा एम टैब बनता ना, सही है एम कर लो ए चीज़ ए चीज एने फॉलो करना होता है ठीक है, ए जे ब्रेक करे दी तो फिर इस तरह इतने आएगी सही है। मार्केट एस एम नू फॉलो कर सकती है ठीक है, जेडे ज्यादा चांसेस ने ओके हो गया। हुण असीं चलने आ 4 घंटे च सानू मजीद, मैं तुहानूं पहले कहा सी कि अगे जाके तुहानूं समझ आउंदी जाएगी आएगी जाएगी कि मार्केट वापस जा रही है जां थल्ले जा रही है, सानू मंथली च भी मार्केट थल्ले जांदी नजर आई है, डेली च भी थल्ले अगे 4 घंटे च चलने आ, अब वीकली च भी थल्ले ते डेली च, हुण 4 घंटे च सानू मजीद कन्फर्म हो जाएगा। एंड हुण मैं डिलीट करा, हुण 4 घंटे के मुताबिक जो तकिया जाए तो यह बड़ा स्ट्रांग ट्रेंड चलता सी पिया मार्केट इच, इथों उठी सी मार्केट ठीक है, मार्केट का यह ट्रेंड चलता सी पिया ठीक है, मार्केट इस ट्रेंड नू फॉलो करदे आ उपर तो उपर जाती सी 4 घंटे के मुताबिक तुम दस रहे हो, हमेशा मार्केट रीटेस्ट लाजमी करती है। ए देखो मार्केट ने इतने ब्रेक किया स्ट्रांग थले दी ने ब्रेक करके दोबारा इन्हें रीटेस्ट किया तो मार्केट थले आ रही है सही हो गया। हुण ए छोटी जी सपोर्ट है क्योंकि डबल टैप बन गया ठीक है, क्या इतने भी सपोर्ट बनी है छोटी जी बिल्कुल सपोर्ट है ठीक है, सुबह हुण जिस टाइम मार्केट ओपन होंगी है सही है इस एरिए ते, इस एरिए ते जो मार्केट ओपन होंगी है कि एरिया आ रहा है 2200 2323 ते 2320 2323 ते 20 जो मार्केट जो ही ब्रेक होंगी है तो मार्केट इंशाल्लाह इस जगह पर आ जानी है, जे इन्हों इन्हें त्रोड़िया फिर डबल एक बार रीटेस्ट करके भी वापस आ सकती या स्ट्रांग त्रोड़े तो रीटेस्ट आता भी चक्कर को नहीं आना ठीक है, तो मार्केट थले न तक नज़र लभे थी सही है। बाकी हर बंदे दी अपनी एनालिसिस है, वो बंदा कर सकता है, मेरी एनालिसिस है लास्ट वीक जिहड़ी मैं कीती सी क्योंकि मैं तुहानूं सादा लफ्ज़ां च समझाना आ पिया, इह एनालिसिस होंदी है जिहड़ा बंदा भी करदा है, अगू जिहड़ा बंदे ने फिर कहना पिया सिग्नल लैने होंदे ने, तुहानूं पता है मैं डेली दा एक ही सिग्नल देना ते अलहमदुलिल्लाह साडा सिग्नल प्रॉफिट च होंदा है उस टाइम ही ठीक है, वीडियो वेख लो बार बार वेखो ते तुहानूं समझ आवेगी, एक बारी वेख के माझे हम बन के उस्ताद बन के घुस जाना नहीं होंदा। देखो पिछली दफ़ा मैं एक बार तुहानूं पिछले वीक का दस दिना, मैं जिस टाइम मार्किंग की सी मैं कहा सी कि मार्केट इतों रीटेस्ट हो के वापस जाएगी, मार्केट गई सी वापस
ਹੁਣ ਬੰਦੇ ਨੁਕਸਾਨ ਕਿਸ ਤਰ੍ਹਾਂ ਕਰਦੇ ਨੇ ਇਹ ਦੇਖੋ 4 ਘੰਟੇ ਦਾ ਟਾਈਮ ਫਰੇਮ ਬਣਦਾ ਵਾ ਠੀਕ ਹੈ ਮੈਂ ਤੁਹਾਨੂੰ ਸਿਗਨਲ ਇਸ ਜਗ੍ਹਾ ਤੇ ਦਿੱਤਾ ਸੀ ਬਈ ਮਾਰਕੀਟ ਤੁਹਾਡੀ ਥੱਲੇ ਜਾ ਕੇ ਉੱਪਰ ਜਾਏਗੀ ਦੇਖੋ ਹੁਣ ਤੁਹਾਡੇ ਜੇ ਇਸ ਜਗ੍ਹਾ ਤੇ ਸੀ ਨਾ 2347 ਇੱਕ ਮਿਸਾਲ ਦੇ ਰਿਹਾ 2347 ਤੁਹਾਡੇ ਅਕਾਊਂਟ ਵਿੱਚ ਨੇ ਮਸਲਨ $100 ਸੀ ਤੁਹਾਨੂੰ ਮੈਂ ਦੱਸਿਆ ਸੀ ਕਿ ਇਸ ਏਰੀਅਨ ਇਸ ਏਰੀਅਨ ਜਿਸ ਟਾਈਮ ਮਾਰਕੀਟ ਬ੍ਰੇਕ ਕਰੇਗੀ ਤੇ ਮਾਰਕੀਟ ਇੱਥੇ ਮੈਂ ਇਹ ਜਗ੍ਹਾ ਦੱਸਤਾ ਦੱਸੀ ਸੀ ਮੈਂ ਕਿਹਾ ਸੀ ਕਿ ਮਾਰਕੀਟ ਜਿੱਧਰ ਬ੍ਰੇਕ ਕਰੇਗੀ ਪਹਿਲੇ ਉੱਧਰ ਜਾਏਗੀ ਜਿਸ ਟਾਈਮ ਉਹਨੇ ਇੱਧਰ ਬ੍ਰੇਕ ਕੀਤਾ ਚਲੋ ਸੈਲ ਤੁਸੀਂ ਕਰ ਲਿਆ ਠੀਕ ਹੈ ਤੁਸੀਂ ਸੈਲ ਕਰ ਲਿਆ ਸੈਲ ਕਰਨ ਤੋਂ ਬਾਅਦ ਕੁਝ ਬੰਦੇ ਜਿਸ ਟਾਈਮ ਇਸ ਜਗ੍ਹਾ ਤੇ ਸੈਲ ਕੀਤਾ ਨਾ ਤੁਸੀਂ ਮਾਰਕੀਟ ਵੇਖੋ ਵਾਪਸ ਫੇਰ ਇੱਕ ਵਾਰੀ ਗਈ ਹੈ ਕਿੰਨੇ ਡਾਲਰ ਗਈ ਹੈ ਇਸ ਜਗ੍ਹਾ ਤੋਂ 338 ਤੋਂ ਗਈ ਹੈ ਵਾਪਸ 46 ਤੱਕ ਜਿਸ ਟਾਈਮ ਉਹਦਾ 8-10 ਡਾਲਰ ਨੁਕਸਾਨ ਹੋਇਆ ਉਸ ਬੰਦੇ ਸਬਰ ਨਹੀਂ ਕੀਤਾ ਤੇ ਉਹਨੇ ਆਪਣਾ ਆਰਡਰ ਕਲੋਜ਼ ਕੀਤਾ ਉਹਨੇ ਆਖਿਆ ਮੈਂ ਤੇ ਵਾਪਸ ਹੀ ਟੁਰ ਜੇ ਠੀਕ ਹੈ ਜਾਂ ਕਈਆਂ ਦਾ ਉਸੇ ਟਾਈਮ ਪ੍ਰੋਫਿਟ ਹੀ ਗਿਆ ਤੇ ਚਲੋ ਉਹਨਾਂ ਪ੍ਰੋਫਿਟ ਕੱਢ ਲਿਆ ਫਿਰ ਇਸੇ ਤਰ੍ਹਾਂ ਕੁਝ ਬੰਦੇ ਹੋਲਡ ਕਰ ਲੈਂਦੇ ਨੇ ਮਾਰਕੀਟ ਵਿੱਚ ਮਾਰਕੀਟ ਹਰ ਸਾਈਡ ਤੇ ਜਾਂਦੀ ਹੈ ਜਿਹੜੇ ਬੰਦੇ ਵੱਡੀਆਂ ਮਾਰਕੀਟਾਂ ਨੂੰ ਫਾਲੋ ਕਰਦੇ ਨੇ ਯਾਨੀ ਕਿ ਵੱਡੇ ਟਾਈਮ ਫਰੇਮ ਨੂੰ ਫਾਲੋ ਕਰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਕਿੱਧਰ ਜਾਣੀ ਹੈ ਮੈਂ ਤੁਹਾਨੂੰ ਪਿਛਲੇ ਹਫਤੇ ਦੱਸਿਆ ਸੀ ਕਿੱਧਰ ਜਾਣੀ ਹੈ ਤੇ ਅਲਹਮਦੁਲਿਲਾ ਗਈ ਹੈ ਹਮੇਸ਼ਾ ਉਹ ਬੰਦਾ ਬਚਦਾ ਜਾਂ ਜਿਹਨੇ ਸਟਾਪ ਲਾਸ ਲਾਇਆ ਤੇ ਜਾਂ ਫਿਰ ਉਹ ਬੰਦਾ ਵੀਕਲੀ ਦੇ ਹਿਸਾਬ ਨਾਲ ਚੱਲਦਾ ਹੈ ਠੀਕ ਹੈ ਨਾ ਜਿਸ ਤਰ੍ਹਾਂ ਮੈਂ ਉਸਦਾ ਤੁਹਾਨੂੰ ਦੱਸਿਆ ਸੀ ਜੇ ਅਗਰ ਉਸ ਬੰਦੇ ਨੇ ਉਹਦੇ ਅਕਾਊਂਟ 'ਚ $100 ਸੀ ਮਿਸਾਲ ਦੇ ਰਿਹਾ ਮੈਂ ਉਹਨੂੰ ਕਿਹਾ ਸੀ ਕਿ ਜੇ ਇਸ ਡੱਬੇ ਤੋਂ ਬਾਹਰ ਨਿਕਲੀ ਮਾਰਕੀਟ ਤੇ ਸੈੱਲ ਵਿੱਚ ਥੱਲੇ ਜਾਏਗੀ ਜਾਂ ਉੱਪਰ ਜਾਏਗੀ ਮਿਸਾਲ ਦੇ ਰਿਹਾ ਕਿ ਉਹਨੇ ਜੇ 338 ਤੋਂ ਸੈੱਲ ਕਰ ਦਿੱਤਾ ਸੀ ਠੀਕ ਹੈ ਉਹਦੇ ਅਕਾਊਂਟ 'ਚ $100 ਸੀ ਉਹਨੇ ਸੈੱਲ ਕਰਕੇ ਛੋੜ ਦਿੱਤਾ ਠੀਕ ਹੈ ਮਾਰਕੀਟ ਵਾਪਸ ਗਈ ਕਿੱਥੋਂ ਤੱਕ 369 ਤੱਕ $20 ਲਾਸ ਵਿੱਚ ਠੀਕ ਹੈ $20 ਲਾਸ ਵਿੱਚ ਗਈ ਉਸ ਬੰਦੇ ਨੇ ਹੋਲਡ ਰੱਖਿਆ ਠੀਕ ਹੈ ਮੈਂ ਉੱਥੇ ਸਪੋਰਟ ਦੱਸੀ ਸੀ ਆ ਪਿਛਲੀ ਲੱਗੀ ਉਹਨੇ ਸਪੋਰਟ ਲਾਸ ਨਹੀਂ ਕੀਤਾ ਆਪਣਾ ਵੀ ਮਾਰਕੀਟ ਯਾਨੀ ਕਿ ਇਹ 0.01 ਦੀ ਲਾਟ ਦਾ ਤੁਹਾਨੂੰ ਦੱਸ ਰਿਹਾ ਉਹ ਅੱਗੋਂ ਮਾਰਕੀਟ ਇੱਥੋਂ ਦੁਬਾਰਾ ਰੀਟੈਸਟ ਹੋ ਕੇ ਥੱਲੇ ਆਈ ਹੈ ਕਿੱਥੇ 324 ਤੇ ਉਹਦਾ ਉਹ ਲਾਸ ਵੀ ਰਿਕਵਰ ਹੋਇਆ ਅਸੀਂ ਸੈਲ ਕੀਤਾ ਸੀ 34 ਤੇ 38 ਤੇ ਸਹੀ ਹੈ ਸਾਡਾ ਕਿੰਨਾ ਪ੍ਰੋਫਿਟ ਹੋਇਆ $12 ਸਾਡਾ ਪ੍ਰੋਫਿਟ ਹੋ ਗਿਆ ਨਾ ਸਹੀ ਹੈ ਗੱਲ ਇਹ ਕਿ ਮਾਰਕੀਟ ਦਾ ਪਤਾ ਸੀ ਨਾ ਥੱਲੇ ਆਪਣੀ ਤੇ ਜੇ ਲਾਇਆ ਬੰਦੇ ਨੇ ਤੁੱਕਾ ਜਿਸ ਟਾਈਮ ਇਧਰੋਂ $20 ਲਾਸ ਹੋਣਾ ਉਹਨੇ ਉੱਤੇ ਜਾ ਕੇ ਇੱਥੇ ਜਾ ਕੇ ਬਾਈ ਕਰ ਲੈਣਾ ਸੀ ਉਹਨੇ ਆਣਾ ਸੀ ਹੁਣ ਨਹੀਂ ਉੱਤੇ ਟੁੱਬੀ ਉੱਤੇ ਜਾਣੀ ਹੈ ਉਹ ਉੱਥੇ ਉਧਰੋਂ ਵੀ ਉਹਨੇ ਲਾਸ ਕਰ ਲੈਣਾ ਸੀ ਇਧਰੋਂ ਲਾਸ ਕਰ ਲੈਣਾ ਸੀ ਜਿੰਨਾ ਚਿਰ ਤੁਹਾਨੂੰ ਮਾਰਕੀਟ ਪੜ੍ਹਨੀ ਨਹੀਂ ਆਉਂਦੀ ਜਾਂ ਤੁਹਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ ਉਹਨਾਂ ਦੇਰ ਤੁਸੀਂ ਸਹੀ ਟ੍ਰੇਡਰ ਨਹੀਂ ਬਣ ਸਕਦੇ ਤੇ ਜਿਹੜੇ ਬੰਦੇ ਨੇ ਸਿਰਫ ਸਿਗਨਲ ਫਾਲੋ ਕਰਨਾ ਹੈ ਉਹ ਬੰਦਾ ਬੇਸ਼ੱਕ ਗਰੁੱਪ ਵਿੱਚ ਬੈਠਿਆ ਰਹੇ ਇਨਸ਼ਾਅੱਲਾ ਤੁਹਾਨੂੰ ਮੈਂ ਡੇਲੀ ਦਾ ਇੱਕ ਸਿਗਨਲ ਦੇ ਦੇਣਾ ਜਿਹੜਾ ਬੰਦੇ ਦੇ ਪੁੱਤਰਾਂ ਵਾਲਾ ਹੁੰਦਾ ਹੈ ਲਾਸ ਵਿੱਚ ਨਹੀਂ ਜਾਂਦਾ ਅਲਹਮਦੁਲਿਲਾ ਇਹ ਸਿੱਧੀ ਸਿੰਪਲ ਆਸਾਨ ਲਫ਼ਜ਼ਾਂ 'ਚ ਐਨਾਲਿਸਿਸ ਸੀ ਨਾ ਮੈਂ ਵਿੱਚ ਕੋਈ ਔਖੇ ਲਫ਼ਜ਼ ਬੋਲੇ ਨੇ ਜਿਸ ਤਰ੍ਹਾਂ ਜਿੰਨੇ ਐਨਾਲਿਸਿਸ ਵਾਲੇ ਆਉਂਦੇ ਨੇ ਇੰਨੇ ਇੰਨੇ ਲਫ਼ਜ਼ ਬੋਲਦੇ ਨੇ ਕਿ ਪਹਿਲੇ ਤਾਂ ਬੰਦਾ ਉਸ ਲਫ਼ਜ਼ ਨੂੰ ਸੋਚੀ ਪੈ ਜਾਂਦਾ ਇਹਨੂੰ ਯਾਦ ਕਰਾਂਗੇ ਚਾਰਟ ਤੋਂ ਯਾਦ ਕਰਨ ਠੀਕ ਹੈ ਤਾਂ ਇਹ ਬਸ ਇੱਕ ਫਿਲਮਾਂ ਹੁੰਦੀਆਂ ਨੇ ਠੀਕ ਹੈ ਸਾਰ ਬੰਦੇ ਨੇ ਲਾਈਆਂ ਤੇ ਅਗੋ ਜਿਹੜਾ ਬੰਦਾ ਜਿੰਨਾ ਕਿਸੇ ਚੀਜ਼ ਨੂੰ ਸਮਝਦਾ ਹੈ ਬੰਦਾ ਓਨਾ ਹੀ ਉਸ ਚੀਜ਼ ਵਿੱਚ ਮਾਸਟਰ ਹੁੰਦਾ ਹੈ ਸਹੀ ਹੈ ਮੈਂ ਹੁਣ ਦੁਬਾਰਾ ਜਾ ਰਿਹਾ ਡੇਲੀ ਟਾਈਮ ਫਰੇਮ ਦੇ ਤੁਹਾਨੂੰ ਜਾ ਕੇ ਮੈਂ ਵਹਾ ਦਿਆਂ ਆਪਣਾ ਸਕਰੀਨਸ਼ਾਟ ਬਣਾ ਲਿਓ ਇਨਸ਼ਾਅੱਲਾ ਨੈਕਸਟ ਵੀਕ ਇਸੇ ਤਰ੍ਹਾਂ ਮਾਰਕੀਟ ਕਰੇਗੀ ਮੂਵ ਠੀਕ ਹੈ ਨਾ हो गया।
लो जी सही है। अगो मार्केट का एक थोड़ी चीज तुम और चीज समझा देना है। मार्केट हमेशा ट्रेंड विच चलती होंगी है, ठीक है। जिस टाइम ट्रेंड ब्रेक हो जाना ना है, मार्केट फिर वो ट्रेंड अपना चेंज कर दिए, वो धोखे देंदी जाती है। सही है, जिस दी सिंपल मार्केट चले ना, हर बंदे ये समझे। ए देखो, ए ट्रेंड जा रहा सी ऊपर दा, इत्थे ट्रेंड ब्रेक होया, उन्हें दोबारा रीटेस्ट किया, तो मार्केट थले मूव कर लिया, ठीक है। हुण हो सकता है मार्केट इत्थे जाके ए ट्रेंड बना लिया अपना, ए जड़ा ये ए वाला ए वाला, ठीक है। मार्केट इथों ही सेम ऐसे तरह अपना ट्रेंड शुरू कर दे, जिस तरह उन्हें चेक किया इतने डिगे वापस आवे। ए चीज मार्केट हमेशा इस तरीके नाल चलती है, ठीक है ना। ज्यादा ही मैं ला दी ने आई लो, इस तरीके नाल मार्केट चलती है। जिस तरह देखो ना, इथों आ रही है हुण, कुछ बंदे बेवकूफ होंदे जिस टाइम मार्केट स्पीड च उपर जाती, कहते हैं हुण किन्ना कुत्ते जाने सैल करो, वो देखो थोड़ा जा उन्हें थले आ जाओ, फिर उन्हें पंप लैके उत्थे टुर गए, फिर बंदे दी टिंडा हो जाए ने, तो फिर कहते हैं कि आई फ्राड यार, सीखना नहीं तो चित्र ही खाने ने। सही है, फिर अल्लाह पाक खैर रखन। तुसी ये जी मैं मार्किंग की याद रख लो, इनशाला नैक्सट वीक यही फॉलो होगी। सही है ना, जे मार्केट वापस रिवर्स जा गया भी याद रखियो, 3,69 ते 3,73 ਇੱਥੋਂ ਜੇ ਮਾਰਕੀਟ ਨੂੰ ਬ੍ਰੇਕ ਕਰਦੀ ਹੈ ਤਾਂ ਫਿਰ ਮਾਰਕੀਟ ਮਜ਼ੀਦ ਉੱਤੇ ਟੁੱਟ ਜਾਂਦੀ, ਜਾਂ ਫਿਰ ਕਿਸੇ ਮੁਲਕ ਦੀ ਜੰਗ ਜੁੰਗ ਲੱਗ ਜਾਂਦੀ ਹੈ ਤਾਂ ਫਿਰ ਵੀ ਫਿਰ ਗੋਲਡ ਉੱਤੇ ਜਾਂਦਾ ਹੁੰਦਾ, ਠੀਕ ਹੈ। ਜਦੋਂ ਕਿਸੇ ਦੇ ਬੰਬੇ ਬੂੰਬ ਚੱਲੇ ਨਾ, ਫਿਰ ਗੋਲਡ ਦੀ ਵੈਲਿਊ ਹੋ ਜਾਂਦੀ ਹੈ, ਪੈਸੇ ਦੀ ਵੈਲਿਊ ਘੁੱਟਦੀ ਹੈ, ਕਿਉਂਕਿ ਤੁਹਾਨੂੰ ਪਤਾ ਗੋਲਡ ਜਿਹੜਾ ਉਹ ਤੁਸੀਂ ਛੁਪਾਇਆ ਵੀ ਕਰੇ, ਤੁਹਾਡੇ ਦਾਦੇ ਪੜਦਾਦਿਆਂ ਦੇ ਵੇਲੇ ਦਾ ਛੁਪਾਇਆ, ਜੇ ਤੁਹਾਨੂੰ ਲੱਭ ਜੇ ਤਾਂ ਕੰਮ ਆ ਜਾਂਦਾ, ਪੈਸੇ ਕਿਸੇ ਤੋਂ ਖੋਟੇ ਹੋ ਜਾਣ, ਉਮੀਦ ਕੇ ਪੈਸੇ, ਯਾਨੀ ਕਿ ਜੇ ਤੁਸੀਂ ਪਾਕਿਸਤਾਨੀ ਪੁਰਾਣੇ ਪੈਸੇ ਸੰਭਾਲੇ ਹੋਣ, ਉਹ ਤਾਂ ਤੁਹਾਨੂੰ ਪਤਾ ਉਹ ਤਾਂ ਜਾਂਦੇ ਰਹਿਣੇ ਨੇ, ਗੋਲਡ ਦੇ ਵੀ ਨਾ ਜਾਂਦਾ। ਸਹੀ ਹੈ, ਤੇ ਬਾਕੀ ਇਨਸ਼ਾਅੱਲਾ ਨੈਕਸਟ ਵੀਕ ਫਿਰ ਵੇਖਦੇ ਹਾਂ।